ਆਪਾਂ ਬੈਠੇ ਦੀ ਦੁਕਾਨ ਤੇ ਸਿਗਰਟਾਂ ਬੀੜੀਆਂ ਨਾਲ ਗੁੜਕੇ ਕੱਢ ਕੇ ਸਾਰਾ ਸਮਾਨ ਚੱਕ ਲਿਆ ਗਿਆ, ਨਾਲੇ ਲਾਠੀਆਂ ਮਾਰੇ ਕੁੱਟ ਕੇ ਗਏ ਜੀ ਬੰਦੇ ਨੂੰ, ਨੌਕਰ ਨੂੰ ਮੇਰੇ ਨੂੰ। ਇਹ ਕੌਣ ਵਿਅਕਤੀ ਆਏ ਸੀ ਜੀ? ਪਤਾ ਹੀ ਨਿਹੰਗ ਤੇ ਜੀ ਤੈਨੂੰ ਜੀ, ਕਹਿੰਦੇ ਉਹ ਸਿਗਰਟਾਂ ਬੀੜੀਆਂ ਤੁਸੀਂ ਵੇਚ ਰਹੇ ਆ, ਸਮਾਨ ਚੱਕ ਕੇ ਲੈ ਗਏ, ਨਾਲੇ ਲਾਠੀਆਂ ਮਾਰ ਕੇ ਮੁੰਡੇ ਨੂੰ ਕੁੱਟ ਗਏ ਜੀ। ਅੱਛਾ ਜੀ, ਤੁਸੀਂ ਉਸ ਟਾਈਮ ਹੈ ਤੇ? ਮੈਂ ਦੁਕਾਨ ਤੇ ਹੈ ਨਹੀਂ ਤੇ ਪਾਪਾ ਦੇ ਦੁਕਾਨ ਤੇ ਜੀ। ਅੱਛਾ, ਉਹਨਾਂ ਨਾਲ ਕੁੱਟਮਾਰ ਹੋਈ ਹੈ ਜੀ? ਉਹਨਾਂ ਨਾਲ ਹੋਈ, ਨੌਕਰ ਨਾਲ ਹੋਈ ਹੈ ਜੀ ਮੇਰੇ। ਅੱਛਾ, ਨੌਕਰ ਨੂੰ ਮਾਰਿਆ ਜੀ, ਲਾਠੀਆਂ ਮਾਰੀਆਂ ਉਹਨਾਂ ਦੇ ਜੀ। ਅੱਛਾ ਅੱਛਾ, ਘੰਟੇ ਪਹਿਲਾਂ ਤਿੰਨ ਵਿਅਕਤੀ ਨਹੰਗ ਦੇ ਬਣ ਦੇ ਵਿੱਚ ਆਏ ਪਾਪਾ ਦੁਕਾਨ ਤੇ, ਉਹ ਬੈਠੇ ਹੋ ਤੇ ਸਾਡਾ ਸਾਰਾ ਸਮਾਨ ਚੱਕ ਲੈ ਗਏ, ਇਕੱਲੇ ਦੇ ਵਿੱਚ ਕੈਸ਼ ਚੱਕ ਲੈ ਗਏ, ਨਾਲੇ ਪਾਪਾ ਦੇ ਥੱਪੜ ਮਾਰੇ। ਜਦੋਂ ਤੱਕ ਮੈਂ ਪਹੁੰਚਣ ਵਾਲਾ ਉਹਨਾਂ ਨੇ ਮੈਨੂੰ ਕੁੱਟਿਆ, ਡੰਡਿਆਂ ਨਾਲ ਕੁੱਟਿਆ, ਸੰਗਾ ਮਾਰੇ ਜੀ, ਕਬੀਰ ਸਰਦਾਰ ਵੀ ਛੜਾ ਰਹੇ ਸੀ ਉਹਨਾਂ ਦਾ ਸਿਰੇ ਪਾੜ ਤੇ, ਉਹਨਾਂ ਦਾ ਲਹੂ ਲੁਹਾਣੇ ਕਰਕੇ ਮੇਰਾ 50-60 ਹਜ਼ਾਰ ਸਮਾਨ ਚੱਕ ਲਏ ਸਾਰਾ ਨਾਲ। ਕੀ ਗੱਲਬਾਤ, ਕੀ ਕੋਈ ਪੁਰਾਣੀ ਗੱਲਬਾਤ ਨੀ ਵੀਰ ਜੀ, ਮੇਰੇ ਤੋਂ ਇਲਾਵਾ ਇਹਨਾਂ ਦੀ ਦੁਕਾਨ ਦੇ ਵਿੱਚ ਉਹਨਾਂ ਨੇ ਇਹੀ ਕਰਿਆ, ਸਾਹਮਣੇ ਦੁਕਾਨ ਇਹਨਾਂ ਦੀ। ਨਹੀਂ ਕਹਿੰਦੇ ਕੀ ਨੇ? ਕਹਿੰਦੇ ਕਿਉਂਕਿ ਤੁਸੀਂ ਵੇਚਣਾ ਨੀ, ਕਹਿੰਦੇ ਆਖਣਾ ਪੰਜਾਬ ਮਤ ਦੀ ਆਹ ਬੜੀ ਛੜਾ ਸਮਾਨ ਹੀ ਵੇਚਣਾ। ਕਾਹਦੇ ਤੇ ਆਏ ਹੋਏ ਸੀਗੇ? ਬੁਲਟ ਤੇ ਆਏ। ਕਿੰਨੇ ਜਣੇ ਸੀ? ਤਿੰਨ ਜਣੇ। ਕੋਈ ਫੜ ਹੋਇਆ ਉਹਨਾਂ ਚੋਂ? ਕੋਈ ਨਹੀਂ ਫੜ ਹੋਇਆ ਉਹਨਾਂ ਦਾ, ਬੁਲਟ ਦਾ ਨੰਬਰ ਹੈਗਾ ਜੀ। ਤੇ ਕੀ ਸਮਾਨ ਸਮੂਨ ਕੀ ਲੈ ਗਏ? ਸਮਾਨ ਜਿਹੜਾ ਸੀ ਤੰਬਾਕੂ ਦਿੰਦਾ, ਬੀੜੀ ਸੀਟਾਂ, ਬਾਕੀ ਗੁਟਕਾ, ਤੰਬਾਕੂ, ਕੈਸ਼ ਮੇਰਾ। ਕਿੰਨਾ ਕੁ ਕੈਸ਼ ਲੈ ਗਏ? 15,000 ਕੈਸ਼ ਲੈ ਗਏ। ਮਤਲਬ ਸਮਾਨ ਵੀ ਨਾਲ ਲੈ ਗਏ? ਸਮਾਨ ਸਾਰਾ ਲੈ ਗਏ। ਅੱਜ ਬੱਸ ਸਟੈਂਡ ਖਰੜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਕੁਛ ਵਿਅਕਤੀ, ਤਿੰਨ ਵਿਅਕਤੀ ਕੁੱਲ ਨਿਹੰਗ ਬਾਣੇ ਵਿੱਚ ਆ ਕੇ ਗੁੰਡਾਗਰਦੀ ਕਰਦੇ ਵਿਖਾਈ ਦੇ ਰਹੇ ਹਨ ਅਤੇ ਕੁਛ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਹਨ। ਇਹ ਜਦੋਂ ਵੀਡੀਓ ਸਾਡੇ ਧਿਆਨ ਵਿੱਚ ਆਈ, ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 335/24 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਣਿਆਂ ਦੀ, ਜਿਹੜੇ ਦੋਸ਼ੀ ਨੇ, ਇਹਨਾਂ ਦੀ ਸ਼ਨਾਖਤ ਕਰ ਲਈ ਗਈ, ਜਿਨ੍ਹਾਂ ਵਿੱਚੋਂ 2 ਜਣੇ, ਇੱਕ ਗੁਰਵਿੰਦਰ ਸਿੰਘ ਅਤੇ ਅਮਨਜੋਤ ਸਿੰਘ ਪਿੰਡ ਖੂਨੀ ਮਾਜਰਾ ਦਾ ਰਹਿਣ ਵਾਲੇ ਨੇ ਅਤੇ ਇੱਕ ਜਸਪ੍ਰੀਤ ਸਿੰਘ ਪਿੰਡ ਪਮੌਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ। ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟੀਮਾਂ ਗਠਿਤ ਕਰਕੇ ਅਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਅਤੇ ਇਸ ਦੇ ਨਾਲ ਹੀ ਜਿਹੜੇ ਅਜਿਹੇ ਸ਼ਰਾਰਤੀ ਅਨਸਰ ਨੇ ਇਹਨਾਂ ਨੂੰ ਸਖ਼ਤ ਵਾਰਨਿੰਗ ਹੈ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।